जिला फतेहगढ़ साहिब दे पिंड माजरी सोडिया विखे एक व्यक्ति वालों अपने जीवदे जी अपना भोग पा के सारियां रस्मां कीतियां गईयां। इत्थे ही बस नहीं, कन्या नूं भोजन छकाया गया ते गरीबां नूं कंबल भी वंडे गए। इत्थे अंदाजा लगाउणा भी गलत होवेगा कि भोग पाउण वाला व्यक्ति काफी अमीर होवेगा। भजन सिंह नामी व्यक्ति दरमियाने परिवार नाल संबंधित है ते पिछले लंबे समय तो मंडी गोविंदगढ़ दी एक मिल विच काम करता सी। मौके ते पहुंची पत्रकारां दी टीम ने देखिया कि गुरु ग्रंथ साहिब जी दे भोग उपरंत सेहतमंद पंजाब दा सुपना जिहड़ा है ओह साकार हो रहा है। असीं 15 अगस्त नूं 100 आम आदमी क्लीनिक लोकां दे समर्पित कीते सी ते मैनूं दसदिआं इह खुशी हो रही है कि लोकां ने इस नूं बहुत वैलकम कीता ते स्वागत कीता। हुण तक 7.5 लाख लोग इत्थे ओपीडी का फायदा ले चुके ने। 1 लाख तो ज़्यादा लोग इन क्लीनिकां दे विच मुफ्त टैस्ट करा चुके ने, दवाइयां सारियां मुफ्त मिलदियां ने। तो मैनूं दसदिआं इक होर खुशी हो रही है कि 27 जनवरी 500 मुहल्ला क्लीनिक होर जिहड़े ने ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਉਹ 'ਚ ਸਿਹਤਮੰਦ ਪੰਜਾਬ ਵੀ ਸ਼ਾਮਿਲ ਹੋਵੇ। ਕੀਰਤਨੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ, ਭੋਗ ਉਪਰੰਤ 11 ਕੰਨਿਆਂ ਨੂੰ ਭੋਜਨ ਛਕਾਇਆ ਗਿਆ, ਬਾਅਦ ਵਿੱਚ ਸਾਰੀ ਸੰਗਤਾਂ ਨੂੰ ਭੋਜਨ ਛਕਾਇਆ ਗਿਆ, 5 ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਵੰਡੇ ਗਏ। ਬਾਬਾ ਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਮਨੋਰਥ ਸਮਾਜ ਨੂੰ ਸੁਚੇਤ ਕਰਨਾ ਕਿ ਇੱਥੇ ਕਲਯੁਗ ਦਾ ਬਹੁਤ ਪ੍ਰਭਾਵ ਹੈ, ਇਸ ਲਈ ਜੋ ਕਾਰਜ ਅਸੀਂ ਆਪਣੇ ਹੱਥੀ ਕਰ ਲੈਂਦੇ ਹਾਂ ਉਸ ਨਾਲ ਹੀ ਸਾਨੂੰ ਸੰਤੁਸ਼ਟੀ ਮਿਲਦੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿੱਥੇ ਅਸੀਂ ਦਾਨ ਪੁੰਨ ਕਰਨਾ ਚਾਹੁੰਦੇ ਹਾਂ ਉਹ ਵੀ ਆਪਣੇ ਹੱਥੀ ਹੋ ਜਾਂਦਾ। ਸਾਨੂੰ ਆਪਣਾ ਜੀਵਨ ਵਿਅਰਥ ਨਹੀਂ ਗਵਾਉਣਾ ਚਾਹੀਦਾ, ਗੁਰਬਾਣੀ ਨਾਲ ਜੁੜ ਕੇ ਆਪਣਾ ਬਾਕੀ ਜੀਵਨ ਬਤੀਤ ਕਰਨਾ ਚਾਹੀਦਾ। ਉਹਨਾਂ ਦੱਸੇ ਕਿ ਅੱਜ ਦਾ ਭੋਗ ਉਹਨਾਂ ਦੀ ਬਰਸੀ ਦਾ 5ਵਾਂ ਭੋਗ ਹੈ। ਉਹਨਾਂ ਵੱਲੋਂ ਹਰ ਸਾਲ ਇਹ ਰਸਮਾਂ ਅਦਾ ਕੀਤੀਆਂ ਜਾਂਦੀਆਂ ਨੇ, ਜਦੋਂ ਤੱਕ ਜਿਉਂਦੇ ਰਹਿਣਗੇ ਰਸਮਾਂ ਕੀਤੀਆਂ ਜਾਣਗੀਆਂ। ਅੱਜ ਤਾਂ ਮੇਰੀ 5ਵੀਂ ਬਰਸੀ ਸੀਗੀ, 5 ਸਾਲ ਪਹਿਲਾਂ ਮੈਂ ਆਪਣਾ ਭੋਗ ਪਾ ਚੁੱਕੀ ਹਾਂ ਅਤੇ ਉਸ ਤੋਂ ਬਾਅਦ ਅੰਤਮ ਬਰਸੀ ਮੇਰੀ ਜਿੰਨੀ ਹਿੰਮਤ ਸੀ ਮੈਂ ਆਪਣੀ ਕਮਾਈ 'ਚੋਂ ਦਿਲ ਫੁੱਲ ਲੇਖੇ ਲਾਇਆ ਅਤੇ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੇ ਨੌਜਵਾਨ ਨੂੰ ਮੇਰਾ ਸੰਦੇਸ਼ ਹੈ ਵੀ ਭਾਈ ਇਹ ਤੋਂ ਕੋਈ ਸਿੱਖਿਆ ਲੈ ਕੇ ਜਾਓ, ਗੁਰੂ ਮਹਾਰਾਜ ਦੇ ਲੜ ਲੱਗੋ, ਪਰਮਾਤਮਾ ਦਾ ਸਹਾਰਾ ਲਓ ਵੀ ਮਹਾਰਾਜ ਦਾ ਬਸ ਇਹੀ ਖੁਸ਼ੀਆਂ ਨੇ ਵੀ ਮੈਨੂੰ ਜੋ ਬਖਸ਼ੀਆਂ ਨੇ ਹੁਣ ਤੁਹਾਨੂੰ ਆ ਕੇ ਹਿੰਮਤ ਬਖਸ਼ੀ ਹੈ ਤਾਂ ਮੈਂ ਉਹਨਾਂ ਦਾ ਸਾਰਿਆਂ ਨੂੰ ਸੰਦੇਸ਼ਾ ਦੇਣਾ ਚਾਹੁੰਦਾ ਕਿ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ। ਭਾਈ ਉਹਦੇ ਸਹਾਰੇ ਵਗੈਰਾ ਆਪਣਾ ਕੋਈ ਨਹੀਂ, ਕਿਹੜਾ ਇੱਕ ਜੀਵਨ ਹੈ ਆਪਣਾ ਦੁਬਾਰਾ ਨਹੀਂ ਹੈ, ਇਹ 'ਚ ਜੋ ਵੀ ਤੁਸੀਂ ਕਮਾ ਸਕਦੇ ਹੋ ਕਮਾ ਸਕਦੇ ਹੋ, ਤੁਹਾਡੇ ਹੱਥ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।